ਰਾਤ ਪਾਰਕ ਦੀ ਡਿਊਟੀ, ਸਕਿਉਰਟੀ ਦੀ ਡਿਊਟੀ ਕਰਦਾ ਸੀ ਬੱਚਾ ਮੇਰਾ, 2018 'ਚ ਗਿਆ ਸੀ, 5 ਸਾਲ ਹੋ ਗਏ ਜੀ। ਬਹੁਤ ਵਧੀਆ ਉੱਥੇ ਮਤਲਬ ਆਪਣਾ ਉਹਦਾ ਰੁਜ਼ਗਾਰ ਚੱਲ ਰਿਹਾ ਸੀ। ਰਾਤ ਉੱਧਰ ਦੇ ਮਤਲਬ 12 ਵਜੇ ਸੀ ਅਤੇ ਪਾਰਕ ਲੋਕ ਕਰਦਾ ਹੁੰਦਾ ਸੀ ਡੇਲੀ ਮਤਲਬ ਪਾਰਕ ਲੋਕ ਕਰਦਾ ਸੀ ਅਤੇ ਉੱਧਰ ਕੋਈ 4-5 ਆਦਮੀ ਉੱਧਰ ਦੇ ਹੀ ਪੀ ਰਹੇ ਸੀ। ਉੱਧਰ ਕੋਈ ਉੱਧਰ ਪਾਰਕ 'ਚ ਬੈਠ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਾਓ, ਮੈਂ ਹੁਣ ਗੇਟ ਲੋਕ ਕਰਨੇ ਆ ਅਤੇ ਟਾਈਮ ਹੋ ਗਿਆ ਬਸ ਇੰਨੇ 'ਤੇ ਬੋਲਣ 'ਚ ਉਹਨਾਂ ਨੇ ਬੱਚੇ 'ਤੇ ਅਟੈਕ ਕਰਤਾ ਵਾ, ਬੱਚੇ ਦੇ ਸਿਰ 'ਚ ਕੁਛ ਮਾਰਿਆ, ਕੋ ਛਾਤੀ 'ਚ ਕੁਛ ਮਾਰਿਆ ਅਤੇ ਬੱਚਾ ਤਾਂ ਉੱਧਰ ਹੀ ਮਤਲਬ ਉਸੇ ਜਗ੍ਹਾ ਹੀ ਪੂਰਾ ਹੋ ਗਿਆ। ਉਸ ਤੋਂ ਬਾਅਦ ਪੁਲਿਸ ਨੂੰ ਮਤਲਬ 2-3 ਘੰਟੇ ਬਾਅਦ ਉੱਧਰ ਪਤਾ ਲੱਗਾ, ਫਿਰ ਉਸ ਤੋਂ ਬਾਅਦ ਪੁਲਿਸ ਨੇ ਅੱਗੇ ਦੱਸਿਆ ਆਪਣੇ ਦੋਸਤੀ ਉੱਥੇ ਰਹਿੰਦੇ ਉਹਨਾਂ ਨੇ, ਫਿਰ ਅੱਗੇ ਇੱਧਰ ਦੋਸਤੀ ਕੋਈ ਉਹਦਾ ਨਾਂ ਰਹਿ ਗਿਆ ਸੀ, ਉਹਨੂੰ ਫੋਨ ਕੀਤਾ ਉਹਨੇ। ਸਾਡੀ ਹੱਥ ਜੋੜ ਕੇ ਨਿਊਜ਼ੀਲੈਂਡ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ, ਜਿੱਥੋਂ ਤੱਕ ਵੀ ਮੀਡੀਆ ਰਾਹੀਂ ਸਾਡੀ ਆਵਾਜ਼ ਪਹੁੰਚ ਰਹੀ ਹੈ, ਕਿ ਸਾਡੇ ਅੱਥਰੂਆਂ ਦਾ ਮੁੱਲ ਪਾਇਆ ਜਾਏ। ਜਿਹੜੇ ਵੀ ਦੋਸ਼ੀ ਨੇ, ਜਿਨ੍ਹਾਂ ਨੇ ਸਾਡੇ ਬੱਚੇ ਨੂੰ, ਮੇਰੇ ਵੀਰ ਨੂੰ ਹੱਥ ਲਾਇਆ, ਉਹਨਾਂ ਨੂੰ ਮੇਰੀ ਸਰਕਾਰ ਦੇ ਗਾੜੀ ਬੇਨਤੀ ਹੈ ਵੀ ਸਖ਼ਤ ਤੋਂ ਸਖ਼ਤ ਨਿਊਜ਼ੀਲੈਂਡ ਸਰਕਾਰ ਦੇ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਦਿੱਤੀ ਜਾਵੇ। ਔਰ ਕੇਵਲ 25 ਸਾਲ ਦਾ ਬੱਚਾ ਜਿਹੜਾ ਵਾ, ਉਹਨੂੰ ਅਸੀਂ 1-1 ਰੁਪਈਆ ਇਕੱਠਾ ਕਰਕੇ ਅਤੇ ਆਪਣਾ ਉਹ ਰੋਜ਼ੀ ਰੋਟੀ ਵਾਸਤੇ, ਵਧੀਆ ਫਿਊਚਰ ਵਾਸਤੇ ਗਿਆ ਵਾ, ਅਤੇ ਕੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ, ਭਾਵੇਂ ਪੰਜਾਬ ਦੀ ਸਰਕਾਰ ਹੈ ਜਾਂ ਭਾਰਤ ਦੀ ਸਰਕਾਰ ਹੈ ਜਾਂ ਫਿਰ ਨਿਊਜ਼ੀਲੈਂਡ ਦੀ ਸਰਕਾਰ ਹੈ, ਕਿ ਇਸ ਫੌਜੀ ਸਾਡੇ ਚਾਚਾ ਜੀ ਨੇ 2 ਨੌਕਰੀਆਂ ਫੌਜ 'ਚ ਕੀਤੀਆਂ, ਸਾਰੀ ਜ਼ਿੰਦਗੀ ਇਹਨਾਂ ਨੇ ਖੜ੍ਹੇ ਹੋ ਕੇ ਡਿਊਟੀ ਕੀਤੀ ਹੈ, ਬਰਫਾਂ ਵਿੱਚ, ਪਹਾੜਾਂ ਵਿੱਚ ਗੋਡੇ ਰਗੜੇ ਨੇ, ਅਤੇ 25 ਲੱਖ ਲਾ ਕੇ ਇਹ ਸਰਦਾਰ ਧੰਨਾ ਸਿੰਘ ਆਪਣੇ ਬੱਚੇ ਨੂੰ ਨਿਊਜ਼ੀਲੈਂਡ ਭੇਜਦਾ, ਅਤੇ ਬੱਚਾ ਉੱਥੇ ਡਿਊਟੀ ਕਰ ਰਿਹਾ, ਅਤੇ ਬੱਚੇ ਨੂੰ ਗੋਰੇ ਆਉਂਦੇ ਨੇ ਅਤੇ ਆਣ ਕੇ ਗੋਲੀਆਂ ਮਾਰ ਕੇ ਜਾਂ ਕਤਲ ਜਿੱਦਾਂ ਵੀ ਕੀਤਾ ਉਹ ਕਤਲ ਕਰ ਜਾਂਦੇ ਨੇ, ਉਹਦਾ ਜਵਾਬ ਦੇ ਕੌਣ ਹੈ? ਮੇਰੀਆਂ ਪੰਜਾਬ ਦੀ ਸਰਕਾਰ ਨੂੰ ਅਤੇ ਦੇਸ਼ ਦੀ ਸਰਕਾਰ ਨੂੰ ਅਤੇ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਹੈ ਵੀ ਸਾਡਾ ਮਰਿਆ, ਸਾਡਾ ਦਿਲ ਰੋ ਰਿਹਾ, ਸਾਡਾ ਸਾਰਾ ਪਿੰਡ ਰੋ ਰਿਹਾ, ਅਤੇ ਹੱਥ ਜੋੜ ਕੇ ਬੇਨਤੀ ਹੈ ਜੋ ਸਾਡੇ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ।